ਸਰਕਾਰ ਨੂੰ ਬਲੇਮ ਕਰਦੇ ਹੋ। ਜੇ ਸਰਕਾਰ ਨੂੰ ਵੀ ਨਹੀਂ ਬਲੇਮ ਕਰ ਸਕਦੇ, ਫਲੱਡ ਆ ਗਿਆ, ਸਰਕਾਰ ਨੂੰ ਬਲੇਮ ਕਰਦੇ ਹੋ। ਜੇ ਨਹੀਂ ਕਰ ਸਕਦੇ ਬਲੇਮ, ਤਾਂ ਫਿਰ ਰੱਬ ਨੂੰ ਬਲੇਮ ਕਰਦੇ ਹੋ, ਸਿਤਾਰਿਆਂ ਨੂੰ ਬਲੇਮ ਕਰਦੇ ਹੋ, ਗ੍ਰਹਿਆਂ ਨੂੰ ਬਲੇਮ ਕਰਦੇ ਹੋ। ਔਰ ਜਦੋਂ ਤੁਸੀਂ ਬਲੇਮ ਕਰਦੇ ਹੈ, ਜਦੋਂ ਕੋਈ ਵੀ ਇੰਕਲੂਡਿੰਗ ਮਾਈ ਸੈਲਫ, ਆਈ ਬਲੇਮ ਐਨੀਬਡੀ, ਵਾਟ ਆਮ ਡੂਇੰਗ ਇਜ਼ ਆਮ ਟਰਾਇੰਗ ਟੂ ਪ੍ਰੋਟੈਕਟ ਮਾਈ ਸੈਲਫ। ਮੈਂ ਆਪਣੇ ਆਪ ਨੂੰ ਬਲੇਮ ਕਰਕੇ ਸਕੋਟ ਫਰੀ ਕਰ ਰਿਹਾ, ਆਪਣੇ ਆਪ ਨੂੰ ਬਚਾ ਰਿਹਾ। ਮੈਂ ਕੰਮ ਮੈਂ ਕਰਨਾ ਸੀਗਾ, ਪਰ ਬਲੇਮ ਕਿਸੇ ਹੋਰ ਤੇ ਪਾ ਦਿੱਤਾ। ਸੋ ਵਟ ਆਈ ਨੋਰਮਲੀ ਆਸਕ ਮਾਈ ਸਟੂਡੈਂਟਸ ਔਰ ਦ ਪੀਪਲ ਅਰਾਊਂਡ ਦੈਟ, ਓਕੇ ਵੀ ਨੋ ਵਟ ਆਰ ਐਂਟੋਨਿਮਸ, ਆਪੋਜ਼ਿਟਸ। ਬਲੇਮ ਦਾ ਆਪੋਜ਼ਿਟ ਕੀ ਹੈ? ਸੋ ਦੇ ਸਟਾਰਟ ਸਰਚਿੰਗ ਫਰੋਮ ਦ ਡਿਕਸ਼ਨਰੀ ਔਰ ਇਨ ਦ ਵੈਬ ਕਿ ਬਲੇਮ ਦਾ ਆਪੋਜ਼ਿਟ ਲੱਭੀਏ, ਕਿਹੜਾ ਵਰਡ ਆਏਗਾ। ਐਂਡ ਵੈਨ ਦੇ ਆਰ ਇਨਫੋਰਮਡ ਦੈਟ ਦ ਆਪੋਜ਼ਿਟ ਆਫ ਬਲੇਮ ਇਜ਼ ਰਿਸਪੋਂਸਿਬਿਲਿਟੀ, ਆਪੋਜ਼ਿਟ ਆਫ ਬਲੇਮ ਇਜ਼ ਰਿਸਪੋਂਸਿਬਿਲਿਟੀ, ਬਿਕੋਜ਼ ਯੂ ਹੈਵ ਟੂ ਆਪਸ਼ਨਸ, ਆਈਦਰ ਯੂ ਟੇਕ ਦ ਰਿਸਪੋਂਸਿਬਿਲਿਟੀ ਔਰ ਯੂ ਪਾਸ ਔਨ ਦ ਬਲੇਮ। ਅਸੀਂ ਕਿਤੇ ਵੀ ਕਮਰੇ ਚ ਅੰਦਰ ਗਏ, ਦੇਖਿਆ ਕਿ ਬਾਹਰ ਜੁੱਤੀਆਂ ਜੋੜੇ ਠੀਕ ਤਰ੍ਹਾਂ ਨਹੀਂ ਰੱਖੇ ਹੋਏ, ਯੂ ਟੂ ਆਪਸ਼ਨਸ, ਆਈਦਰ ਸਟਾਰਟ ਬਲੇਮਿੰਗ, ਦੇਖੋ ਜੀ ਲੋਕਾਂ ਨੂੰ ਜੋੜੇ ਉਤਾਰਨ ਦਾ ਤਰੀਕਾ ਨਹੀਂ ਪਤਾ ਹੈਗਾ, ਇੱਥੇ ਅਰੇਂਜ ਨਹੀਂ ਕੀਤਾ ਹੈਗਾ, ਇੱਥੇ ਇਹ ਹੋਣਾ ਚਾਹੀਦਾ ਸੀਗਾ, ਇੱਥੇ ਹੋਣਾ ਚਾਹੀਦਾ ਸੀਗਾ। ਵਟਸ ਸੈਕਿੰਡ ਆਪਸ਼ਨ? ਉੱਥੋਂ ਲੰਘ ਰਹੇ ਹੈਗੇ ਹੈ, ਪੁੱਟ ਦੋਸ ਆਲ ਦੋਸ ਚੂਜ਼ ਇਨ ਪ੍ਰੋਪਰ ਆਰਡਰ, ਆਪ ਕਰ ਦਿਓ। ਇਨਸਟੈਡ ਆਫ ਜਸਟ ਟੇਕਿੰਗ ਅਪ ਦ ਰਿਸਪੋਂਸਿਬਿਲਿਟੀ, ਵੀ ਜਸਟ ਪਾਸ ਔਨ ਦ ਬਲੇਮ। ਐਂਡ ਦੈਨ ਵੈਨ ਆਈ ਨੋਰਮਲੀ ਸੇ ਦੀਸ ਵਰਡਸ, ਦੇਰ ਇਜ਼ ਅ ਰੈਜ਼ਿਸਟੈਂਸ, ਇਮੀਡੀਏਟ ਰੈਜ਼ਿਸਟੈਂਸ। ਨੋ, ਵੀ ਆਰ ਨੋਟ ਸਪੋਜ਼ ਟੂ ਬੀ ਯੂ ਨੋ ਰਿਸਪੋਂਸਿਬਲ ਫਾਰ ਐਵਰੀਥਿੰਗ ਬੈਡ ਹੈਪਨਿੰਗ ਅਰਾਊਂਡ ਅਸ, ਰਾਈਟ? ਐਂਡ ਇਫ ਵੀ ਹੈਵ ਯੂ ਨੋ ਨੋ ਕੇਪੇਬਿਲਿਟੀ ਟੂ ਟੇਕ ਦ ਰਿਸਪੋਂਸਿਬਿਲਿਟੀ ਔਰ ਟੂ ਫੀਲ ਦ ਰਿਸਪੋਂਸਿਬਿਲਿਟੀ ਆਫ ਐਨੀਥਿੰਗ ਔਰ ਐਵਰੀਥਿੰਗ ਵਿਚ ਇਜ਼ ਹੈਪਨਿੰਗ ਬੈਡ ਅਰਾਊਂਡ ਅਸ, ਐਟ ਦ ਸੇਮ ਟਾਈਮ ਵੀ ਡੂ ਨੋਟ ਹੈਵ ਐਨੀ ਰਾਈਟ ਟੂ ਬਲੇਮ ਇਟ ਆਲਸੋ, ਆਈਦਰ we set the things right or we don't blame, right? Let's come back to Gurbani and see. Ik tu kandi hai dada dosh na dije kise, dosh karma apne a, jo main kiya so main paya, dosh na dije avar jana. But then there is a question mark here. Somebody pointed it out. ਕਿ ਚਲੋ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਤਾਂ ਫਿਰ ਵੀ ਤੁਸੀਂ ਲਗਾ ਹੀ ਰਹੇ ਹੋ ਨਾ, ਚਲੋ ਕਿਸੇ ਨੂੰ ਨਹੀਂ ਦੋਸ਼ ਦੇ ਰਹੇ ਤੇ ਆਪਣੇ ਆਪ ਤੇ ਦੋਸ਼ ਦੇ ਰਹੇ ਹੋ। ਯੂ ਆਰ ਨੋਟ ਬਲੇਮਿੰਗ ਸਮਵਨ, ਬਟ ਅਗੇਨ ਯੂ ਆਰ ਬਲੇਮਿੰਗ ਯੂਅਰ ਓਨ ਸੈਲਫ, ਯੂਅਰ ਓਨ ਡੀਡਸ, ਰਾਈਟ? ਦੇਰ ਇਜ਼ ਅ ਕੈਚ ਹੇਅਰ। ਇਹ ਨਹੀਂ ਹੈ ਕਿ ਗੁਰਬਾਣੀ 'ਚ ਕੁਛ ਗਲਤ ਲਿਖਿਆ ਹੈ, ਬਿਲਕੁਲ ਨਹੀਂ ਹੈ ਇਸ ਤਰ੍ਹਾਂ। ਸਾਡੀ ਸਮਝ ਚ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਹੈ ਜਦੋਂ ਅਸੀਂ ਇਹ ਸੋਚਦੇ ਹਾਂ ਕਿ ਵੀ ਆਰ ਬਲੇਮਿੰਗ ਆਰ ਓਨ ਸੈਲਫ ਔਰ ਓਨ ਡੀਡਸ। ਗਲਤੀ ਇੱਥੇ ਕਰ ਦਿੱਤੀ ਕਿ ਦੋਸ਼ ਕਰਮਾ ਆਪਣਿਆ, ਜਿੱਥੇ ਅਸੀਂ ਆਪਣੇ ਆਪ ਨੂੰ ਕਰਤਾ ਸਮਝ ਕੇ ਕੋਈ ਕੰਮ ਕੀਤਾ ਤਾਂ ਅਸੀਂ ਕਰਮਾਂ ਦੇ ਚੱਕਰ 'ਚ ਆ ਰਹੇ ਹਾਂ, ਔਰ ਇਹੀ ਇੱਕ ਦੋਸ਼ ਹੈ। ਜੇ ਅਸੀਂ ਆਪਣੇ ਆਪ ਨੂੰ ਕਰਤਾ ਹੀ ਨਹੀਂ ਸਮਝ ਰਹੇ, ਰਾਈਟ, ਫਿਰ ਅਸੀਂ ਕਰਮ ਨਹੀਂ ਕਰ ਰਹੇ। ਜੇ ਅਸੀਂ ਕਰਮ ਨਹੀਂ ਕਰ ਰਹੇ, ਫਿਰ ਕੁਛ ਵੀ ਅੱਛਾ ਨਹੀਂ ਕੀਤਾ ਤੇ ਕੁਛ ਵੀ ਬੁਰਾ ਨਹੀਂ ਕੀਤਾ। ਨਾਨਕ, ਸਭ ਕੁਛ ਤੁਮਰੇ ਹੱਥ ਮੇਂ, ਤੁਮ ਹੀ ਹੋਤ ਸਹਾਇ। ਇਹ ਇੱਕ ਕਰਤਾ ਭਾਵ ਹੀ ਇੱਕ ਤਰੀਕੇ ਦਾ ਦੋਸ਼ ਹੈ ਜਿਹਨੂੰ ਸਾਨੂੰ ਐਕਸੈਪਟ ਕਰ ਲੈਣਾ ਚਾਹੀਦਾ ਹੈ। ਅਦਰਵਾਈਜ਼ ਜੇ ਇਸ ਤੋਂ ਵੀ ਉੱਤੇ ਉੱਠ ਗਏ, then nobody is to be blamed, nobody is to be blamed. There is one simple, you know, analogy, you can call it. Main kuch do tin din pehle Dehradun si, and I was addressing some of the students of ONGC. ONGC da jyada oil extraction da kaam Assam to aunda hai, so there were some students of Assam over there. So just ask them that how many of them are, you know, non-veg, they are meat eaters, so most of the hands went up. Aur pucha unhone main ki tusi kehdi cheez da zyada non-veg meat lende hage ho, they said mostly we take mutton and mostly we take broilers, chicken. And that struck me,
just this, that I've just been talking about no blame and no claim philosophy. What is claim? Main kita, meri kabilta, meri siyanap, I am hardworking, I am honest, I am disciplined, and so on. This is claiming. Main. It's claiming. Main. And what's blaming? ਇਹ ਠੀਕ ਨਹੀਂ ਹੈ ਉਹ ਠੀਕ ਨਹੀਂ ਹੈ ਪੰਜਾਬੀ ਚ ਕਹਿੰਦੇ ਸਾਰਾ ਟਾਈਮ ਅਸੀਂ ਕੀ ਚੂੰ 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 ਕਰਦੇ ਰਹਿੰਦੇ ਹਾਂ ਰਾਈਟ ਐਂਡ ਦੀਜ਼ ਆਰ ਦ ਟੂ ਐਨੀਮਲਸ ਵਿਚ ਗੈਟ ਸਲੋਟਰਡ ਬੱਕਰਾ ਮੈਂ 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 ਔਰ ਚੂਜ਼ਾ ਚਿਕਨ ਸੇਇੰਗ ਚੂੰ 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 ਦਿਸ ਇਜ਼ ਅ ਵੈਰੀ ਸਿੰਪਲ ਫੈਕਟ ਟੂ ਰਿਮੈਂਬਰ ਜਿੰਨਾ ਜ਼ਿਆਦਾ ਅਸੀਂ ਮੈਂ 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 ਕਰਾਂਗੇ ਜਾਂ ਜਿੰਨੀ ਜ਼ਿਆਦਾ ਅਸੀਂ ਚੂੰ 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 ਕਰਾਂਗੇ ਉਨੇ ਹੀ ਜ਼ਿਆਦਾ ਕੱਟ ਜਾਵਾਂਗੇ ਕਿਸ ਤੋਂ ਕੱਟ ਜਾਵਾਂਗੇ ਫਰੋਮ ਆਰ ਓਨ ਸੈਲਫ ਜਿਹੜਾ ਸਾਡਾ ਮੂਲ ਹੈ ਅਸੀਂ ਉਸ ਤੋਂ ਕੱਟ ਜਾਵਾਂਗੇ ਪਰਮਾਤਮਾ ਤੋਂ ਕੱਟ ਜਾਵਾਂਗੇ ਦ ਚੋਇਸ ਇਜ਼ ਆਰਸ ਮੈਂ ਕਰਨੀ ਹੈ ਚੂੰ ਚੂੰ ਕਰਨੀ ਹੈ ਜਾਂ ਜੁੜੇ ਰਹਿਣਾ ਹੈ ਦ ਚੋਇਸ ਇਜ਼ ਆਰਸ Well, we take the responsibility. We say we have taken the responsibility, but then we don't have the capability. This is the first excuse which is given. Ke main responsibility ta lenu taiyar ha ki ha mere alada alada sara saaf hona chahiye but main kala ta kuch nahi kar sakta. Main responsibility ta lenu taiyar ha ki ha sadi system political system bilkul clean hona chahiye hai. The society should be corruption free. But I am not capable enough to make the entire society corruption free. Main kalla kive karanga? The way out is take a small step. Take the responsibility to the extent possible. I will not come to this philosophy of circle of influence and circle of concern. But just thoda ja introduce kar diye that we have a circle of concern and it should be as wide as possible. We should feel concerned about the things which are happening around us. And once we start taking responsibility, once we start acting upon, slowly and gradually, our circle of influence will also increase. More and more people will start joining us. More and more people will start listening to us. More and more people will start supporting us. ਇੱਕ ਕਦਮ ਤਾਂ ਅੱਗੇ ਚੱਲਣਾ ਹੀ ਪਏਗਾ ਬਾਕੀ ਸਾਰਾ ਕੁਝ ਨੇਚਰ ਵੱਲੋਂ ਆਪਣੇ ਆਪ ਹੋ ਜਾਏਗਾ ਅਗਰ ਆਪਾਂ ਦੇਖੀਏ ਜੇ ਅਸੀਂ ਇਹ ਮੰਚ ਠਾਣ ਲਿਆ ਕਿ ਓਕੇ ਅਸੀਂ ਵੱਡੀ ਤੋਂ ਵੱਡੀ ਪ੍ਰਾਪਤੀ ਕਰਨੀ ਹੈ ਕੀ ਵੱਡੀ ਤੋਂ ਵੱਡੀ ਪ੍ਰਾਪਤੀ ਕੀ ਹੋ ਸਕਦੀ ਹੈ ਅਸੀਂ ਰੱਬ ਨੂੰ ਹੀ ਪਾਣਾ ਹੈਗਾ ਵੀ ਵਾਂਟ ਟੂ ਜਸਟ ਬੀ ਵਨ ਵਿਦ ਦ ਆਲਮਾਈਟੀ ਆਈ ਥਿੰਕ ਦੇਰ ਇਜ਼ ਨੋ ਅਚੀਵਮੈਂਟ ਗ੍ਰੇਟਰ ਦੈਨ ਦਿਸ ਵਨ ਉਹਦੇ ਵਾਸਤੇ ਵੀ ਵਟ ਵੀ ਆਰ ਟੋਲਡ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ Satguru Kot Penda Aage Hoye Lit Hai. If that can be achieved simply by taking one step, why not all other worldly achievements be made by taking a small, single, sincere effort on our part? But the catch is on the word sincere. Our effort has to be sincere. We have to give our 100%, not 99%. Not even 99.9%. It has to be a focused attempt. And you know what happens? Once we give our 100% effort, we get an inner peace. Ke main ta apna pura zor la deta. I have done my best. Anything may or may not come out of that. That effort done by me itself is going to give me a kind of inner peace, which I may call it as happiness. Well, there can be a number of questions here also, that I want to be focused. Main padhai karni hai, I want to be focused in my study. Main koi kaam karna hai ga, but then the problems are with the thoughts. So many thoughts coming from all the sides, how to tackle with those many thoughts? Well, I will again not go in detail to this aspect,
because that's not the main focus. But simply drop a small hint that if the thoughts are bothering, if the thoughts are a hindrance to our being focused, then the way out of that is we should not resist the thoughts. The thoughts are coming, let them come. Right? छोटे जी ड्रिल भी ऐसी कराते हैं, मैं इतनी नहीं करावांगा. एंड वॉट वी डू इन दैट ड्रिल इज दैट द मोर वी आस्क एनी पर्सन टू नॉट टू थिंक अबाउट एनीथिंग, वो बंदा वही चीज बार बार सोचता है. द वर्ड द वे आउट इज टू लेट गो. लेट गो, थॉट्स आते हैं आंट दो, डोंट बी बॉदर्ड, डोंट अटैच योर सेल्फ टू द थॉट्स. Rather, become witness to the thoughts. Right? Don't start a conversation with the thoughts. Don't participate with the thoughts. But just let them be there in a manner, you can say, that you surrender yourself to the thoughts. Don't resist. Don't participate. Don't indulge in any kind of conversation with the thoughts. Let's just come back to the main point on how to be happy and how to be happy now. Of all the things which we have discussed so far, sukh dukh is man ki birtha. We said about that. But sukh te dukh apne aap vich, there is a word in English, I don't know Punjabi chunu ki kaange, they are complementing each other. Purak. एक दूसरे के पूरक ने. नाउ अ सिंपल एग्जाम्पल विच आई थिंक एवरीबडी विल एग्री इन द करेंट स्टेट ऑफ अफेयर्स, जदों देयर इज एन इलेक्ट्रिसिटी फेल्योर, बिजली चली जाती है, वी ऑल स्टार्ट फीलिंग वेरी मच अनकंफर्टेबल. असि कहने बड़े दुखी हो गए. क्यों दुखी हो गए? पखा नहीं चलता, कूलर नहीं चलता, लाइट कट गई, गर्मी आ रही है, पसीना आ रहा है, चिपचिप हो रही है, काम नहीं हो रहा, वी फीलिंग स्टक अप समवेयर. एंड दो घंटे, ढाई घंटे, तीन घंटे हो गए, बिजली नहीं आई. एंड ऑल अवर कन्वर्सेशंस, यू नो, दे स्टार्ट रिवॉल्विंग अराउंड बिजली. एंड जदों ढाई घंटे बाद बिजली आती है, देन हाउ डू वी फील देन? देयर इज अ बिग रिलीफ. हा, बिजली आ गई, एकदम एक अंदर ही एक चरनाट, शुक्र है बिजली आ गई. कितने खुश हो जाते हैं.